आप देख रहे हैं श्री महाकाल लोक टीवी। नमस्कार, श्री महाकाल लोक टीवी में आपका स्वागत है। आपके साथ मैं हूं आरती गहलोत। आइए नजर डालते हैं खास खबर पर। पंजाब के बटाला में सहकारी चीनी मिल का पेराई सत्र शुरू हो गया है। पेराई सत्र से पहले एक धार्मिक समारोह का आयोजन किया गया, जिसके बाद पेराई की औपचारिक शुरुआत की गई। इस मौके पर बटाला के विधायक अमन शेर सिंह शेरी कलसी और पनसब पंजाब के चेयरमैन बलवीर सिंह पन्नू मौजूद रहे। इसी दौरान विधायक शेरी कलसी ने बताया है कि आज पंजाब के किसान और सभी वर्ग के लोग खुश है, लेकिन विपक्ष हर अच्छे काम का बिना वजह विरोध करता रहता है। बड़ी खुशी की गल है जी, अज जी सा बटाला मिल जी है यदि 68वीं जड़ा भी यदा सीजन जड़ा गन्ने का शुरू कर दिता गया वा अज, और सो सानू खुशी इस गल की भी है बहुत ज़्यादा भी माणयोग मुख्यमंत्री पंजाब भगवंत मान जी ने 11 रुपये रेट जड़ा गन्ने का वह भी वधा के जोड़े किसान खुश किए ने। और मैं नाल दी नाल जिहड़े साडे मिलां दे कर्मचारी ने जिहड़े इन्हां दे काफ़ी लंबे समय तो 6वां पे कमीशन दा जिहड़ा काम रुकिया पिया सी वह भी जिहड़ा वा इन्हां नूं आपां दे दित्ता है, सरकार वल्लों मुहैया करवा दित्ता है। सो मैं कहण दा भाव मैनूं ते हुण हर पासे खुशियां खुशियां नज़र आ रहियां ने। सो मेरे नाल मेरा वीर बलबीर पन्नू जी हलका फतेहगढ़ चूड़ियां इंचार्ज और पनसब पंजाब चेयरमैन वह भी नाल ने, असीं भरावां ने आ के मिलदा वधिया जो कोई देखिया भी आके कोई कमी पेशी ना नज़र आवे। सो GM साहब वालों भी बहुत वधिया ढंग ना उपराला किया गया। सो इस करके सारे ही किसान वीर भी साडे मिल दे कर्मचारी वीर भी और सरकार आपां भी असीं सारे ही वधाई दे पात्र हैं जी। सो इतना ही खुशियां भरिया खेड़ा जिहड़ा चलता रहे। साडे मिल दे कर्मचारी भी भरा सी, देखो 75 सालों का उलझिया काम साडे टेबल ते आ गया। हुण हर एक की कोशिश यह होंदी है भी पहला मेरी वारी आ जाए, पहला मेरी वारी आ जाए। हर काम नूं टाइम लगता जी, देखो आस्ते आस्ते ज्यों ज्यों समां बीत रहा है त्यों त्यों जिहड़ा काम है तुहाडे सामने प्रतख तुहानूं नज़र आ रहा है। खुशहाली जिहड़ी है पंजाब की, आपां गल करदे सी पंजाब खुशहाल करांगे, वह खुशहाली जिहड़ी है वह नज़र आउणी जिहड़ी शुरू हो रही है। तीर्थ यात्रा ਤੁਹਾਡੇ ਸਾਹਮਣੇ ਹੀ ਹੈ ਜੀ ਇਹ, ਜਿੱਦਣ ਉਹ ਮਿਲਦਾ ਉਦਘਾਟਨ ਕਰਾਂਗੇ ਵੱਡੀ ਦਾ, ਉੱਦਣ ਇਹ ਵਾਲੀ ਗੱਲ ਕਰਾਂਗੇ, ਨਾਲੇ ਤੁਹਾਨੂੰ ਸਾਰਾ ਦੱਸ ਦਿਆਂਗੇ ਕੀ ਰੁਜ਼ਗਾਰ ਹੈ। ਅੱਜ ਤਾਂ ਆਪਾਂ ਕਿਸਾਨ ਵੀਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਨਾਲ ਆਪਣੇ ਮਿਲਦੇ ਕਰਮਚਾਰੀ ਵੀਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਤਾਂ ਜੋ ਕਿ ਇਤਨਾ ਹੀ ਹੱਸਦੇ ਵੱਸਦੇ ਰਹਿਣ, ਖੇਡਦੇ ਰਹਿਣ। ਵੀ ਕਹਿਣ ਦਾ ਭਾਵ ਕੰਮ ਜਿਹੜੇ ਲੋਕਾਂ ਦੇ ਵਧੀਆ ਉਚੇਰੇ ਢੰਗ ਨਾਲ ਇਮਾਨਦਾਰੀ ਨਾਲ ਕਰਦੇ ਰਹਿਣ। ਸੋ ਕਿਹੜਾ ਬਿਆਨ ਆਇਆ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕੋਈ ਆਇਆ ਜੇ ਇਹਨਾਂ ਨੂੰ ਤਾਂ ਮੈਂ ਵਿਰੋਧੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਇਹ ਤਾਂ ਜਿਹੜੇ ਸ਼ਹੀਦਾਂ ਨੂੰ ਮਾਣ ਸਨਮਾਨ 1 ਕਰੋੜ ਦੀ ਰਾਸ਼ੀ ਜਿਹੜੀ ਪੰਜਾਬ ਸਰਕਾਰ ਦੇਣ ਦੇ, ਮੈਂ ਕਹਿੰਦਾ ਹੋਰ ਕੁਛ ਨਹੀਂ ਕਰਨਾ ਉਹਦੀ ਸਿਫਤੀ ਕਰਦੇ। ਇਹ ਵਿਰੋਧੀਆਂ ਦੀ ਗੱਲ ਨਾ ਕਰਿਆ ਕਰੋ, ਇਹ ਵਿਚਾਰੇ ਹੈ ਹੀ ਵਿਰੋਧ ਕਰਨ ਯੋਗੇ ਨੇ। ਲੋਕਾਂ ਨੇ ਇਹਨਾਂ ਨੂੰ ਹੁਣ ਇਹਨਾਂ ਨੂੰ ਵਿਹਲੇ ਕਰਤਾ, ਹੁਣ ਰਹਿ ਕੀ ਗਿਆ ਇਹਨਾਂ ਕੋਲ? ਜੇ ਵਿਰੋਧ ਵੀ ਨਾ ਕਰਨ ਤਾਂ ਫਿਰ ਪੱਲੇ ਇਹਨਾਂ ਦੇ ਕੀ ਰਹਿ ਗਿਆ? ਸੋ ਮੇਰੀ ਬੇਨਤੀ ਆ ਆਪਾਂ ਕੰਮ ਕਰ ਰਹੇ ਹਾਂ, ਆਪਾਂ ਪੁਰਾਣੀਆਂ ਜਿਹੜੀਆਂ ਇਹਨਾਂ ਦੀਆਂ ਲਕੀਰਾਂ ਸੀ ਆਪਾਂ ਉਹਨਾਂ ਨੂੰ ਮਿਟਾ ਕੇ ਨਵੀਆਂ ਲਕੀਰਾਂ ਖਿੱਚ ਰਹੇ ਹਾਂ। ਲੋਕਾਂ ਨੂੰ ਵਧੀਆ ਰੋਜ਼ਗਾਰ ਦੇ ਰਹੇ ਹਾਂ ਔਰ ਲੋਕਾਂ ਨੂੰ ਇਮਾਨਦਾਰੀ ਦੇ ਰਾਹ 'ਤੇ ਉਹ ਜਿਹੜਾ ਪੰਜਾਬ ਉਲਝਿਆ ਸੀ ਉਹਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ। ਕੈਮਰਾ ਰੋਲ ਭਾਅ ਜੀ, ਹਾਂਜੀ ਹਾਂਜੀ, ਅੱਜ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਆਸ਼ਰਾ ਲੈ ਕੇ ਸ਼ੁਕਰ ਮੇਰੇ ਬਟਾਲਾ ਦਾ 68ਵਾਂ ਪੜਾਅ ਸੀਜ਼ਨ 2023 ਜਾਂ ਸ਼ੁਰੂ ਕਰਨ ਜਾ ਰਹੇ ਨੇ। ਮੇਰੇ ਨਾਲ ਬਟਾਲੇ ਤੋਂ ਸਾਡਾ ਵੀਰ ਸ਼ੈਰੀ ਕਲਸੀ ਹੈ, ਮੇਰੇ ਉਪ ਪ੍ਰਧਾਨ ਪੰਜਾਬ, ਸਾਡੇ GM ਸਾਹਿਬ, ਪੂਰਾ ਸ਼ੁਗਰ ਮਿਲ ਦਾ ਸਟਾਫ, ਸਾਡੇ ਇਲਾਕੇ ਦੇ ਜ਼ਿਮੀਦਾਰ ਭਾਈਚਾਰੇ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਭਰਾਵਾਂ ਨੇ ਅਸੀਂ ਰਲ ਮਿਲ ਕੇ
ਸ਼ੂਗਰ ਮਿਲ ਬਟਾਲਾ ਦਾ 8ਵਾਂ ਪੜਾਅ ਅਸੀਂ ਸ਼ੁਰੂ ਕੀਤਾ ਹੈ। ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਸਲੂਟ ਹੈ ਕਿ ਜਿਨ੍ਹਾਂ ਨੇ ਤਕਰੀਬਨ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਜੋ ਵੀ ਸ਼ੂਗਰ ਮਿਲ ਹੈ ਉਹਨਾਂ ਸ਼ੂਗਰ ਮਿਲਾਂ ਨੂੰ ਬਹੁਤ ਵੱਡਾ ਇੱਕ ਨਵਾਂ ਪ੍ਰੋਜੈਕਟ ਦਿੱਤਾ ਹੈ। ਥੋੜ੍ਹੇ ਦਿਨ ਪਹਿਲੋਂ ਗੁਰਦਾਸਪੁਰ ਦੀ ਧਰਤੀ 'ਤੇ ਆਏ ਸੀ, ਉਹਨਾਂ ਨੇ ਬਟਾਲਾ ਸ਼ੂਗਰ ਮਿਲ ਨੂੰ ਵੀ 200 ਤੋਂ ਪਲੱਸ ਕਰੋੜ ਰੁਪਈਆ ਦਿੱਤਾ, ਜਿਹਦੇ ਨਾਲ ਸਾਡੇ ਪੰਜਾਬ ਵਾਸਤੇ, ਸਾਡੇ ਜ਼ਿਮੀਂਦਾਰ ਭਰਾਵਾਂ ਵਾਸਤੇ ਬੜਾ ਵੱਡਾ ਉਪਰਾਲਾ ਹੋਵੇਗਾ। ਕਿਉਂਕਿ ਪੰਜਾਬ ਦੀ ਧਰਤੀ 'ਤੇ ਪਾਣੀ ਬਹੁਤ ਦਿਨੋਂ ਦਿਨ ਨੀਚੇ ਜਾ ਰਿਹਾ, ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮੱਦੇ ਮਰਾਵੀ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਗੰਨੇ ਦੀ ਬਿਜਾਈ ਕਰੋ, ਕਿਉਂਕਿ ਸਾਡੇ ਪੰਜਾਬ ਦੇ ਪਾਣੀ ਨੂੰ ਸਾਡੇ ਬੱਚਿਆਂ ਵਾਸਤੇ, ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਬਚਾ ਕੇ ਰੱਖਿਆ ਜਾ ਸਕੇ। ਔਰ ਜਿੰਨੇ ਵੀ ਸਾਡੇ ਸ਼ੂਗਰ ਮਿਲ ਦਾ ਸਟਾਫ ਹੈ, ਮੈਂ ਉਹਨਾਂ ਨੂੰ ਵੀ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਪਿੰਡਾਂ ਤੱਕ ਪਹੁੰਚ ਕਰੋ ਜਿੱਥੇ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ। ਸਾਡੇ ਬਟਾਲੇ ਤੋਂ ਸ਼ਹਿਰੀ ਕਲਸੀ ਨੇ, ਹੋਰ ਵੀ ਸਾਡੇ ਹਲਕਿਆਂ ਤੋਂ ਜਿੰਨੇ ਵੀ MLA ਸਾਹਿਬਾਨ, ਸਾਡੇ ਹਲਕਿਆਂ ਦੇ ਇੰਚਾਰਜ, ਜਿੰਨੇ ਵੀ ਸਾਡੇ ਮੋਹਤਬਾਰ ਨੇ, ਜੇ ਸਾਡੀ ਲੋੜ ਹੈ ਤਾਂ ਸਾਨੂੰ ਵੀ ਤੁਸੀਂ ਦੱਸੋ ਆਪਾਂ ਜੋ ਤੁਹਾਡੀ ਪਿੰਡਾਂ ਤੱਕ ਪਹੁੰਚ ਵਾਸਤੇ ਸੇਵਾ ਨਿਭਾ ਸਕੀਏ, ਅਸੀਂ ਵੀ ਪਿੰਡਾਂ ਤੱਕ ਮੈਸੇਜ ਲਾਵਾਂਗੇ ਕਿ ਵੱਧ ਤੋਂ ਵੱਧ ਗੰਨੇ ਦੀ ਬਿਜਾਈ ਕਰੋ ਤਾਂ ਜੋ ਅਸੀਂ ਪੰਜਾਬ ਦੇ ਪਾਣੀ ਨੂੰ ਦੁਬਾਰਾ ਪੰਜਾਬ ਦੇ ਪਾਣੀ ਨੂੰ ਬਚਾ ਸਕੀਏ, ਤਾਂ ਜੋ ਆਉਣ ਵਾਲੀ ਪੀੜ੍ਹੀ ਦੇ ਸਾਡੇ ਕੰਮ ਆ ਸਕੇ। ਆਹ ਜਿਹੜਾ ਪਲਾਂਟ ਹੈ ਨਾ ਜੀ, ਇਹ 1500 TCD ਦਾ ਪਲਾਂਟ ਹੈ, ਪੁਰਾਣਾ ਪਲਾਂਟ ਹੈਗਾ, ਠੀਕ ਹੈ ਜੀ। ਇਹ ਤਕਰੀਬਨ ਅਸੀਂ 20 ਲੱਖ ਕੁਇੰਟਲ ਗੰਨਾ ਪੀੜਾਂਗੇ ਅਤੇ ਤਕਰੀਬਨ 2 ਲੱਖ ਕੁਇੰਟਲ ਖੰਡ ਬਣੂਗੀ, ਠੀਕ ਹੈ ਜੀ। ਅਤੇ ਜਿਹੜਾ ਨਵਾਂ ਪ੍ਰੋਜੈਕਟ ਉਹ 3500 TCD ਦਾ, ਨਾਲ 14 MW ਦੀ 32 ਦੀ ਜਨਰੇਸ਼ਨ ਵੀ ਹੈ, ਜੋ 4 ਮਹੀਨੇ ਸਾਨੂੰ 10 ਤੋਂ 12 ਕਰੋੜ ਅਡੀਸ਼ਨਲ 32 ਦੀ ਸੇਲ ਤੋਂ ਵੀ ਪ੍ਰਾਪਤ ਹੋਏਗੀ। ਕਿੰਨੇ ਚਿਰ 'ਚ ਉਹ ਜਿਹੜਾ ਇਸ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਨਵਰੀ ਦੇ ਐਂਡ ਤੱਕ ਇਹ ਪਲਾਂਟ ਕਮਿਸ਼ਨ ਹੋ ਜਾਵੇ। ਹਾਂਜੀ, ਕਿਸਾਨਾਂ ਨੂੰ ਇਹੀ ਕਹਿਣਾ ਕਿ ਕਿਸੇ ਸਾਡੇ 'ਤੇ ਪ੍ਰੈਸ਼ਰ ਅੰਡਿਊ ਨਾ ਪਾਉਣ, ਕਿ ਕੈਲੰਡਰ ਜਾਂ ਪਰਚੀ ਦੇ ਹਿਸਾਬ, ਵਰਾਇਟੀ ਦੇ ਹਿਸਾਬ ਨਾਲ ਹੀ ਸਾਨੂੰ ਗੰਨਾ ਸਪਲਾਈ ਕਰਨ, ਤਾਂ ਕਿ ਅਸੀਂ ਵੱਧ ਤੋਂ ਵੱਧ ਜਿਹੜੀ ਰਿਕਵਰੀ ਲੈ ਆ ਕੇ ਆ ਸਕਣ, ਗੰਨਾ ਸਾਫ਼ ਲੈ ਕੇ ਆਉਣ। ਬੜੀ ਖੁਸ਼ੀ ਦੀ ਗੱਲ ਹੈ ਜੀ, ਅੱਜ ਜਿਹੜੀ ਸਾਡੀ ਬਟਾਲਾ ਮਿੱਲ ਜਿਹੜੀ ਹੈ, ਇਹਦੀ 61ਵੀਂ ਜਿਹੜਾ ਵੀ ਇਹਦਾ ਸੀਜ਼ਨ ਜਿਹੜਾ ਗੰਨੇ ਦਾ ਉਹ ਸ਼ੁਰੂ ਕਰ ਦਿੱਤਾ ਗਿਆ ਵਾ ਅੱਜ। ਔਰ ਸੋ ਸਾਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਬਹੁਤ ਜ਼ਿਆਦਾ, ਵੀ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ 11 ਰੁਪਈਏ ਰੇਟ ਜਿਹੜਾ ਗੰਨੇ ਦਾ ਉਹ ਵੀ ਵਧਾ ਕੇ ਜਿਹੜੇ ਕਿਸਾਨ ਖੁਸ਼ ਕੀਤੇ ਨੇ। ਔਰ ਮੈਂ ਨਾਲ ਦੀ ਨਾਲ ਜਿਹੜੇ ਸਾਡੇ ਮਿੱਲਾਂ ਦੇ ਕਰਮਚਾਰੀ ਨੇ, ਜਿਹੜੇ ਇਹਨਾਂ ਦੇ ਕਾਫੀ ਲੰਮੇ ਸਮੇਂ ਤੋਂ 6ਵਾਂ ਪੇ ਕਮਿਸ਼ਨ ਦਾ ਜਿਹੜਾ ਕੰਮ ਰੁਕਿਆ ਪਿਆ ਸੀ, ਉਹ ਵੀ ਜਿਹੜਾ ਵਾ ਇਹਨਾਂ ਨੂੰ ਆਪਾਂ ਦੇ ਦਿੱਤਾ, ਸਰਕਾਰ ਵੱਲੋਂ ਮੁਹੱਈਆ ਕਰਵਾ ਦਿੱਤਾ। ਸੋ ਮੈਂ ਕਹਿਣ ਦਾ ਭਾਵ, ਮੈਨੂੰ ਤਾਂ ਹੁਣ ਹਰ ਪਾਸੇ ਖੁਸ਼ੀਆਂ ਨਜ਼ਰ ਆ ਰਹੀਆਂ ਨੇ। ਸੋ ਮੇਰੇ ਨਾਲ ਮੇਰਾ ਵੀਰ ਬਲਬੀਰ ਪੰਨੂ ਜੀ, ਹਲਕਾ ਫਤਿਹਗੜ੍ਹ ਚੂੜੀਆਂ ਇੰਚਾਰਜ, ਔਰ ਪੰਸਪ ਪੰਜਾਬ ਚੇਅਰਮੈਨ, ਉਹ ਵੀ ਨਾਲ ਨੇ। ਅਸੀਂ ਭਰਾਵਾਂ ਨੇ ਆ ਕੇ ਮਿਲਦਾ ਵਧੀਆ, ਜੋ ਕੋਈ ਦੇਖਿਆ ਵੀ ਆ ਕੇ ਕੋਈ ਕਮੀ ਪੇਸ਼ੀ ਨਾ ਨਜ਼ਰ ਆਵੇ। ਸੋ GM ਸਾਹਿਬ ਵੱਲੋਂ ਵੀ ਬਹੁਤ ਵਧੀਆ ਢੰਗ ਨਾਲ ਉਪਰਾਲਾ ਕੀਤਾ ਗਿਆ। ਸੋ ਇਸ ਕਰਕੇ ਸਾਰੇ ਹੀ ਕਿਸਾਨ ਵੀਰ ਵੀ, ਸਾਡੇ ਮਿੱਲ ਦੇ ਕਰਮਚਾਰੀ ਵੀਰ ਵੀ, ਔਰ ਸਰਕਾਰ ਆਪਾਂ ਵੀ, ਅਸੀਂ ਸਾਰੇ ਹੀ ਵਧਾਈ ਦੇ ਪਾਤਰ ਹਾਂ ਜੀ। ਸੋ ਇਸ ਤਰ੍ਹਾਂ ਹੀ ਖੁਸ਼ੀਆਂ ਭਰਿਆ ਖੇੜਾ ਜਿਹੜਾ ਚੱਲਦਾ ਰਹੇ। ਸਾਡੇ ਮਿੱਲ ਦੇ ਕਰਮਚਾਰੀ ਵੀ ਭਰਾ ਸੀ, ਦੇਖੋ 75 ਸਾਲਾਂ ਦਾ ਉਲਝਿਆ ਕੰਮ ਸਾਡੇ ਟੇਬਲ 'ਤੇ ਆ ਗਿਆ। ਹੁਣ ਹਰ ਇੱਕ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਪਹਿਲਾਂ ਮੇਰੀ ਵਾਰੀ ਆ ਜਾਵੇ, ਪਹਿਲਾਂ ਮੇਰੀ ਵਾਰੀ ਆ ਜਾਵੇ। ਹਰ ਕੰਮ ਨੂੰ ਟਾਈਮ ਲੱਗਦਾ ਜੀ। ਦੇਖੋ ਆਸਤੇ ਆਸਤੇ ਜਿਉਂ ਜਿਉਂ ਸਮਾਂ ਬੀਤ ਰਿਹਾ, ਤਿਉਂ ਤਿਉਂ ਜਿਹੜਾ ਕੰਮ ਹੈ ਤੁਹਾਡੇ ਸਾਹਮਣੇ ਪ੍ਰਤੱਖ ਤੁਹਾਨੂੰ ਨਜ਼ਰ ਆ ਰਿਹਾ। ਖੁਸ਼ਹਾਲੀ ਜਿਹੜੀ ਹੈ ਪੰਜਾਬ ਦੀ, ਆਪਾਂ ਗੱਲ ਕਰਦੇ ਸੀ ਪੰਜਾਬ ਖੁਸ਼ਹਾਲ ਕਰਾਂਗੇ, ਉਹ ਖੁਸ਼ਹਾਲੀ ਜਿਹੜੀ ਆ ਉਹ ਨਜ਼ਰ ਆਉਣੀ ਜਿਹੜੀ ਸ਼ੁਰੂ ਹੋ ਰਹੀ ਹੈ। ਤੀਰਥ ਯਾਤਰਾ ਦੀ ਮਿੱਲ ਵੱਡੀ ਹੋ ਰਹੀ ਹੈ, ਇਹਨਾਂ ਰੋਜ਼ਗਾਰ ਵੀ ਲੋਕਾਂ ਨੂੰ ਜ਼ਿਆਦਾ ਮਿਲੇ। ਤੁਹਾਡੇ ਸਾਹਮਣੇ ਹੀ ਹੈ ਜੀ, ਇਹ ਜਿੱਦਣ ਉਹ ਮਿੱਲ ਦਾ ਉਦਘਾਟਨ ਕਰਾਂਗੇ ਵੱਡੀ ਦਾ, ਉਦਣ ਇਹ ਵਾਲੀ ਗੱਲ ਕਰਾਂਗੇ, ਨਾਲੇ ਤੁਹਾਨੂੰ ਸਾਰਾ ਦੱਸ ਦਿਆਂਗੇ ਕੀ ਰੋਜ਼ਗਾਰ ਹੈ। ਅੱਜ ਤਾਂ ਆਪਾਂ ਕਿਸਾਨ ਵੀਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਔਰ ਨਾਲ ਆਪਣੇ ਮਿੱਲ ਦੇ ਕਰਮਚਾਰੀ ਵੀਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ।
ਤਾਂ ਜੋ ਕਿ ਇਤਨਾ ਹੀ ਹੱਸਦੇ ਵੱਸਦੇ ਰਹਿਣ, ਖੇਡਦੇ ਰਹਿਣ, ਵੀ ਕਹਿਣ ਦਾ ਭਾਵ ਕੰਮ ਜਿਹੜੇ ਲੋਕਾਂ ਦੇ ਵਧੀਆ ਉਚੇਰੇ ਢੰਗ ਨਾਲ ਇਮਾਨਦਾਰੀ ਨਾਲ ਕਰਦੇ ਰਹਿਣ। ਤੀਰ ਸੋ ਕਿਹੜਾ ਬਿਆਨ ਆਇਆ ਜੀ, ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਕੋਈ ਆਇਆ ਜੇ ਇਹਨਾਂ ਨੂੰ? ਤਾਂ ਮੈਂ ਵਿਰੋਧੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਇਹ ਤਾਂ ਜਿਹੜੇ ਸ਼ਹੀਦਾਂ ਨੂੰ ਮਾਣ ਸਨਮਾਨ 1 ਕਰੋੜ ਦੀ ਰਾਸ਼ੀ ਜਿਹੜੀ ਪੰਜਾਬ ਸਰਕਾਰ ਦੇਣ ਦੇ, ਮੈਂ ਕਹਿੰਦਾ ਹੋਰ ਕੁਛ ਨਹੀਂ ਕਰਨਾ, ਉਹਦੀ ਸਿਫਤੀ ਕਰਦੇ। ਇਹ ਵਿਰੋਧੀਆਂ ਦੀ ਗੱਲ ਨਾ ਕਰਿਆ ਕਰੋ, ਇਹ ਵਿਚਾਰੇ ਹੈ ਹੀ ਵਿਰੋਧ ਕਰਨ ਯੋਗੇ ਨੇ। ਲੋਕਾਂ ਨੇ ਇਹਨਾਂ ਨੂੰ ਹੁਣ ਇਹਨਾਂ ਨੂੰ ਵਿਹਲੇ ਕਰਤਾ, ਹੁਣ ਰਹਿ ਕੀ ਗਿਆ ਇਹਨਾਂ ਕੋਲ? ਜੇ ਵਿਰੋਧ ਵੀ ਨਾ ਕਰਨ ਤਾਂ ਫਿਰ ਪੱਲੇ ਇਹਨਾਂ ਦੇ ਕੀ ਰਹਿ ਗਿਆ? ਸੋ ਮੇਰੀ ਬੇਨਤੀ ਆ, ਆਪਾਂ ਕੰਮ ਕਰ ਰਹੇ ਹਾਂ, ਆਪਾਂ ਪੁਰਾਣੀਆਂ ਜਿਹੜੀਆਂ ਇਹਨਾਂ ਦੀਆਂ ਲਕੀਰਾਂ ਸੀ, ਆਪਾਂ ਉਹਨਾਂ ਨੂੰ ਮਿਟਾ ਕੇ ਨਵੀਆਂ ਲਕੀਰਾਂ ਖਿੱਚ ਰਹੇ ਹਾਂ, ਲੋਕਾਂ ਨੂੰ ਵਧੀਆ ਰੋਜ਼ਗਾਰ ਦੇ ਰਹੇ ਹਾਂ, ਔਰ ਲੋਕਾਂ ਨੂੰ ਇਮਾਨਦਾਰੀ ਦੇ ਰਾਹ 'ਤੇ ਉਹ ਜਿਹੜਾ ਪੰਜਾਬ ਉਲਝਿਆ ਸੀ ਉਹਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ। ਕੈਮਰਾ ਰੋਲ ਬਾਈ, ਹਾਂਜੀ ਅੱਜ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸ਼ਰਾ ਲੈ ਕੇ ਸ਼ੁਕਰ ਮੇਰੇ ਬਟਾਲਾ ਦਾ 61ਵਾਂ ਪੜਾਅ ਸੀ ਜਿਹੜਾ 2023 ਜਾਂ ਸ਼ੁਰੂ ਕਰਨ ਜਾ ਰਹੇ ਨੇ। ਮੇਰੇ ਨਾਲ ਬਟਾਲੇ ਤੋਂ ਸਾਡਾ ਵੀਰ ਸ਼ਹਿਰੀ ਕਲਸੀ ਐਮ ਐਲ, ਉਪ ਪ੍ਰਧਾਨ ਪੰਜਾਬ, ਸਾਡੇ ਜੀ ਐਮ ਸਾਹਿਬ, ਪੂਰਾ ਸ਼ੁਕਰ ਮਿਲ ਦਾ ਸਟਾਫ, ਸਾਡੇ ਇਲਾਕੇ ਦੇ ਜ਼ਿਮੀਦਾਰ ਭਾਈਚਾਰੇ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਭਰਾਵਾਂ ਨੇ ਅਸੀਂ ਰਲ ਮਿਲ ਕੇ ਸ਼ੁਕਰ ਮਿਲ ਬਟਾਲਾ ਦਾ 61ਵਾਂ ਪੜਾਅ ਸੀਜ਼ਨ ਸ਼ੁਰੂ ਕੀਤਾ ਹੈ। ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਸਲੂਟ ਹੈ ਕਿ ਜਿਨ੍ਹਾਂ ਨੇ ਤਕਰੀਬਨ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਜੋ ਵੀ ਸ਼ੁਕਰ ਮੇਲੇ, ਉਹਨਾਂ ਸ਼ੁਕਰ ਮੇਲਾ ਨੂੰ ਬਹੁਤ ਵੱਡਾ ਇੱਕ ਨਵਾਂ ਪ੍ਰੋਜੈਕਟ ਦਿੱਤਾ ਹੈ। ਥੋੜ੍ਹੇ ਦਿਨ ਪਹਿਲਾਂ ਗੁਰਦਾਸਪੁਰ ਦੀ ਧਰਤੀ 'ਤੇ ਆਏ ਸੀ, ਉਹਨਾਂ ਨੇ ਬਟਾਲਾ ਸ਼ੁਕਰ ਮਿਲ ਨੂੰ ਵੀ 200+ ਕਰੋੜ ਰੁਪਈਆ ਦਿੱਤਾ, ਜਿਹਦੇ ਨਾਲ ਸਾਡੇ ਪੰਜਾਬ ਵਾਸਤੇ, ਸਾਡੇ ਜ਼ਿਮੀਦਾਰ ਭਰਾਵਾਂ ਵਾਸਤੇ ਬੜਾ ਵੱਡਾ ਉਪਰਾਲਾ ਹੋਵੇਗਾ। ਕਿਉਂਕਿ ਪੰਜਾਬ ਦੀ ਧਰਤੀ 'ਤੇ ਪਾਣੀ ਬਹੁਤ ਦਿਨੋਂ ਦਿਨ ਨੀਚੇ ਜਾ ਰਿਹਾ, ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮੱਦੇ ਮਰਾਵੀ ਆਪਣੇ ਜ਼ਿਮੀਦਾਰ ਭਰਾਵਾਂ ਨੂੰ ਵੀ ਬੇਨਤੀ ਕਰ ਰਿਹਾ ਵੀ ਵੱਧ ਤੋਂ ਵੱਧ ਗੰਨੇ ਦੀ ਬਿਜਾਈ ਕਰੋ, ਕਿਉਂਕਿ ਸਾਡੇ ਪੰਜਾਬ ਦੇ ਪਾਣੀ ਨੂੰ ਸਾਡੇ ਬੱਚਿਆਂ ਵਾਸਤੇ, ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਬਚਾ ਕੇ ਰੱਖਿਆ ਜਾ ਸਕੇ। ਔਰ ਜਿੰਨੇ ਵੀ ਸਾਡੇ ਸ਼ੂਗਰ ਮਿਲ ਦਾ ਸਟਾਫ ਹੈ, ਮੈਂ ਉਹਨਾਂ ਨੂੰ ਵੀ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਪਿੰਡਾਂ ਤੱਕ ਪਹੁੰਚ ਕਰੋ ਜਿੱਥੇ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ। ਸਾਡੇ ਬਟਾਲੇ ਤੋਂ ਸ਼ਹਿਰੀ ਕਲਸੀ ਨੇ, ਹੋਰ ਵੀ ਸਾਡੇ ਹਲਕਿਆਂ ਤੋਂ ਜਿੰਨੇ ਵੀ MLA ਸਾਹਿਬਾਨ, ਸਾਡੇ ਹਲਕਿਆਂ ਦੇ ਇੰਚਾਰਜ, ਜਿੰਨੇ ਵੀ ਸਾਡੇ ਮੋਹਤਬਾਰ ਨੇ, ਜੇ ਸਾਡੀ ਲੋੜ ਹੈ ਤਾਂ ਸਾਨੂੰ ਵੀ ਤੁਸੀਂ ਦੱਸੋ, ਆਪਾਂ ਜੋ ਤੁਹਾਡੀ ਪਿੰਡਾਂ ਤੱਕ ਪਹੁੰਚ ਵਾਸਤੇ ਸੇਵਾ ਨਿਭਾ ਸਕੀਏ, ਅਸੀਂ ਵੀ ਪਿੰਡਾਂ ਤੱਕ ਮੈਸੇਜ ਲਾਵਾਂਗੇ ਕਿ ਵੱਧ ਤੋਂ ਵੱਧ ਗੰਨੇ ਦੀ ਬਿਜਾਈ ਕਰੋ, ਤਾਂ ਜੋ ਅਸੀਂ ਪੰਜਾਬ ਦੇ ਪਾਣੀ ਨੂੰ ਦੁਬਾਰਾ, ਪੰਜਾਬ ਦੇ ਪਾਣੀ ਨੂੰ ਬਚਾ ਸਕੀਏ, ਤਾਂ ਜੋ ਆਉਣ ਵਾਲੀ ਪੀੜ੍ਹੀ ਦੇ ਸਾਡੇ ਕੰਮ ਆ ਸਕੇ। ਆਹ ਜਿਹੜਾ ਪਲਾਂਟ ਹੈ ਨਾ ਜੀ, ਇਹ 1500 TCD ਦਾ ਪਲਾਂਟ ਹੈ, ਪੁਰਾਣਾ ਪਲਾਂਟ ਹੈਗਾ, ਠੀਕ ਹੈ ਜੀ। ਇਹ ਤਕਰੀਬਨ ਅਸੀਂ 20 ਲੱਖ ਕੁਇੰਟਲ ਗੰਨਾ ਪੀੜਾਂਗੇ ਅਤੇ ਤਕਰੀਬਨ 2 ਲੱਖ ਕੁਇੰਟਲ ਖੰਡ ਬਣੂਗੀ, ਠੀਕ ਹੈ ਜੀ। ਅਤੇ ਜਿਹੜਾ ਨਵਾਂ ਪ੍ਰੋਜੈਕਟ ਉਹ 3500 TCD ਦਾ, ਨਾਲ 14 MW ਦੀ 32 ਦੀ ਜਨਰੇਸ਼ਨ ਵੀ ਹੈ, ਜੋ 4 ਕੁ ਮਹੀਨੇ ਸਾਨੂੰ 10 ਤੋਂ 12 ਕਰੋੜ ਅਡੀਸ਼ਨਲ 32 ਦੀ ਸੇਲ ਤੋਂ ਵੀ ਪ੍ਰਾਪਤ ਹੋਏਗੀ। ਕਿੰਨੇ ਚਿਰ 'ਚ ਉਹ ਜਿਹੜਾ ਇਸ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਨਵਰੀ ਦੇ ਐਂਡ ਤੱਕ ਇਹ ਪਲਾਂਟ ਕਮਿਸ਼ਨ ਹੋ ਜਾਵੇ। ਹਾਂਜੀ, ਕਿਸਾਨਾਂ ਨੂੰ ਇਹੀ ਕਹਿਣਾ ਕਿ ਕਿਸੇ ਸਾਡੇ 'ਤੇ ਪ੍ਰੈਸ਼ਰ ਅੰਡਿਊ ਨਾ ਪਾਉਣ, ਕਿ ਕੈਲੰਡਰ ਜਾਂ ਪਰਚੀ ਦੇ ਹਿਸਾਬ, ਵਰਾਇਟੀ ਦੇ ਹਿਸਾਬ ਨਾਲ ਹੀ ਸਾਨੂੰ ਗੰਨਾ ਸਪਲਾਈ ਕਰਨ, ਤਾਂ ਕਿ ਅਸੀਂ ਵੱਧ ਤੋਂ ਵੱਧ ਜਿਹੜੀ ਰਿਕਵਰੀ ਲੈ ਆ ਕੇ ਆ ਸਕਣ, ਗੰਨਾ ਸਾਫ਼ ਲੈ ਕੇ ਆਉਣ।